ਪਰਿਵਾਰ ਦੀ ਲੜਾਈ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਹੋਈ ਭੰਨਤੋੜ। ਵੇਖੋ ਕਿਵੇਂ ਗੁਰਦੁਆਰਾ ਸਾਹਿਬ 'ਚ ਚੱਲ ਪਏ ਇੱਟਾਂ ਰੋੜੇ। ਤਾਂ ਦੱਸ ਦੇ ਕਿ ਬਟਾਲਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਦੋ ਕ੍ਰਿਸਚਨ ਪਰਿਵਾਰਾਂ ਦੀ ਲੜਾਈ ਹੋਈ ਅਤੇ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਸੀ, ਜਿਸ ਦੇ ਵਿੱਚ ਦੋ ਈਸਾਈ ਪਰਿਵਾਰਾਂ ਦੇ ਵਿੱਚ ਰਾਤ ਤਕਰੀਬਨ 10 ਵਜੇ ਲੜਾਈ ਹੋ ਜਾਂਦੀ ਹੈ। ਤਾਂ ਦੱਸਦੇ ਕਿ ਲੜਾਈ ਇੰਨੀ ਵੱਧ ਗਈ ਕਿ ਉਹਨਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਗਿਆ। ਇੱਕ ਪਰਿਵਾਰ ਦੇ ਮੈਂਬਰ ਵੱਲੋਂ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ 'ਤੇ ਚੜ੍ਹ ਕੇ ਦੂਸਰੇ ਪਰਿਵਾਰ 'ਤੇ ਇੱਟਾਂ ਰੋੜੇ ਸੁੱਟੇ ਜਾਂਦੇ ਨੇ ਅਤੇ ਉਸਦੇ ਜਵਾਬ ਵਿੱਚ ਦੂਸਰੇ ਪਾਸਿਓਂ ਵੀ ਇੱਟਾਂ ਰੋੜੇ ਵਰਾਏ ਜਾਂਦੇ ਨੇ, ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਤੋੜ ਫੋੜ ਦਾ ਮਾਮਲਾ ਸਾਹਮਣੇ ਆਇਆ। ਗੁਰਦੁਆਰਾ ਸਿੰਘ ਸਭਾ ਨੂਰਪੁਰ ਦੇ ਪ੍ਰਧਾਨ ਪ੍ਰਕਾਸ਼ ਸਿੰਘ, ਸੈਕਟਰੀ ਬਲਵਿੰਦਰ ਸਿੰਘ ਅਤੇ ਜਗਰੂਪ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਦੱਸਿਆ ਕਿ ਈਸਾਈ ਪਰਿਵਾਰਾਂ ਨੇ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕੀਤੀ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਹੈ ਕਿ ਸਾਰੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਤੇ ਮੌਕੇ 'ਤੇ ਪਹੁੰਚੇ DSP ਸ਼੍ਰੀ ਰਜੇਸ਼ ਕੱਕੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਅਤੇ CCTV ਫੁਟੇਜ ਦੇ ਮੁਤਾਬਿਕ ਜੋ ਵੀ ਦੋਸ਼ੀ ਹੋਵੇਗਾ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਂਜੀ ਬਾਬੇ ਰਾਜੂ, ਘਟਨਾ ਵਾਪਰੀ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਦਾਸ ਨੂੰ ਗੁਰਜੀਤ ਸਿੰਘ ਵੱਲੋਂ ਰਾਤ ਨੂੰ 10:30 ਵਜੇ ਫੋਨ ਗਿਆ ਹੈ ਕਿ ਬਾਬਾ ਜੀ ਗੁਰਦੁਆਰਾ ਸਾਹਿਬ 'ਤੇ ਹਮਲਾ ਹੋ ਗਿਆ ਵਾ, ਬੜੀ ਜ਼ਿਆਦਾ ਬੇਅਦਬੀ ਹੋ ਰਹੀ ਆ, ਅਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੋ। ਅਤੇ ਦਾਸ ਨੇ ਫਿਰ 112 ਨੰਬਰ ਦੇ ਉੱਤੇ ਜਿਸ ਵੇਲੇ ਫੋਨ ਕੀਤਾ ਅਤੇ ਉਹਨਾਂ ਕੰਟੈਕਟ ਕਰਨ 'ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ। ਠੀਕ ਹੈ। ਅਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆਣ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ, ਅਤੇ ਇਹਨਾਂ ਨੇ ਬਹੁਤ ਹੀ ਘੋਰ ਪਾਪ ਕੀਤਾ ਹੈ, ਸਾਡੇ ਗੁਰੂ ਘਰ ਦੀ ਬੇਅਦਬੀ ਕੀਤੀ ਹੈ, ਅਤੇ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸਵੇਰੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਕੀ ਹਾਲਾਤ ਵੇਖੇ ਤੇ? ਮੈਂ ਹਾਲਾਤ ਵੇਖੇ ਤੇ ਬਹੁਤ ਦਰਦਨਾਕ ਹਾਲਾਤ ਸਨ। ਇੱਟਾਂ ਵੱਟੇ ਚੁਫੇਰੇ ਖਿਲਦੇ ਪਏ ਸਨ ਅਤੇ ਗੁਰਦੁਆਰਾ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਅਤੇ ਸ਼ੈੱਡ ਸਨ, ਉਹਨਾਂ ਦੇ ਉੱਤੇ ਇੱਟਾਂ ਮਾਰੀਆਂ ਗਈਆਂ। ਇਹ ਕੌਣ ਲੋਕ ਸਨ? ਇਹ ਲੋਕ ਕ੍ਰਿਸ਼ਨ ਭਾਈਚਾਰੇ ਦੇ ਨਾਲ ਬਿਲੋਂਗ ਕਰਦੇ ਨੇ। ਅਤੇ ਇਹਨਾਂ ਦੇ ਗੁਰਦੁਆਰਾ ਸਾਹਿਬ CCTV ਕੈਮਰੇ ਲੱਗੇ ਹੋਏ ਨੇ? ਹਾਂਜੀ ਲੱਗੇ ਜੀ। ਉਹਨਾਂ 'ਚ ਆਈਆਂ ਫੁਟ ਜਾਈਆਂ? ਹਾਂਜੀ, ਉਹਨਾਂ 'ਚ ਫੁਟ ਜਿਹੜੀਆਂ ਨੇ ਉਹ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ। ਇਹ ਦੇਖੋ, ਮੈਂ ਸਮਝਦਾ ਵੀ ਬਹੁਤ ਮਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ, ਇਹਦੇ ਪਿੱਛੇ ਕਾਰਨ ਆ। ਜਿੰਨੀਆਂ ਵੀ ਬੇਅਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ, ਅਤੇ ਆਹ ਜਿਹੜੀਆਂ ਹੁਣ ਸਰਕਾਰਾਂ, ਸਾਥ ਪਹਿਲਾਂ 5 ਸਾਲ ਕਾਂਗਰਸ ਦੀ ਰਹੀ, ਗੁਟਕਾ ਫੜ ਕੇ ਸੋਹਾਂ, ਉਦੋਂ ਬਾਅਦ ਆ ਦੂਜੀ ਆ ਗਈ, ਫਿਰ ਹੋਇਆ ਕੁਝ ਵੀ ਨਹੀਂ। ਅਤੇ ਮੈਂ ਅਕਸਰ ਇਹ ਗੱਲ ਕਹਿੰਦਾ ਵੀ ਇਹ ਜੇ ਹੁਣ ਬੇਅਦਬੀਆਂ ਹੋ ਰਹੀਆਂ, ਜੇ ਪਿੱਛੇ ਬੇਅਦਬੀਆਂ ਹੋਈਆਂ, ਤਾਂ ਇਹਦਾ ਮਤਲਬ ਵੀ ਹੁਣ ਵਾਲੀਆਂ ਬੇਅਦਬੀਆਂ ਪਿਛਲੇ ਵਾਲੀ ਬੇਅਦਬੀ ਨਾਲੇ ਜੋੜ ਦਈਏ। ਇਹ ਸਰਕਾਰ ਨੂੰ ਅੱਖਾਂ ਖੋਲ੍ਹ ਕੇ ਚੱਲਣਾ ਚਾਹੀਦਾ। ਮੈਂ ਤਾਂ ਆਪ ਵੀ ਕਹਿੰਦਾ ਕਿ ਸਖ਼ਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ। ਔਰ ਜੇ ਆ ਪਿੱਛੇ ਹੁਣ ਅਨੰਦਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰਵਾਈ ਕੀਤੀ, ਸ਼੍ਰੋਮਣੀ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ, ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ। ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫਿਰ ਬੰਦਾ ਸੋਚ ਕੇ ਹੱਥ ਪਾਊਗਾ। ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਲੜਾਈਆਂ ਤਾਂ ਗੁਰੂ ਘਰ ਦੇ ਵਿੱਚ, ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ, ਅਤੇ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਇਵੇਂ ਦੀਆਂ ਗੱਲਾਂ, ਨਰਾਦਰ ਦੀਆਂ ਗੱਲਾਂ ਕਰਨੀਆਂ, ਅਤੇ ਮੈਂ ਸਮਝਦਾ ਸਮਾਜ ਦੀ ਵੀ ਲਾਹਣਤ ਪੈਣੀ ਆ, ਅਤੇ ਗੁਰੂ ਕੋਲੋਂ ਵੀ ਫਿਰ ਖੁਸ਼ੀ ਨਹੀਂ ਮਿਲਣੀ, ਫਿਰ ਤਾਂ ਜੋ ਕੁਛ ਲੈ ਕੇ ਆਉਂਗੇ ਉਹ ਹੀ ਮਿਲੂ। ਬੰਦੀ ਕਿਰਪਾਲ ਸਿੰਘ, ਸਨਵ ਸੰਘਾਰਾ ਸਿੰਘ, ਪਿੰਡ ਨੂਰਪੁਰ, ਬਟਾਲਾ ਡਿਸਟ੍ਰਿਕਟ ਗੁਰਦਾਸਪੁਰ। ਇਹ ਦੋ ਪਾਰਟੀਆਂ ਉਸ ਲੜੀਆਂ ਨੇ ਕ੍ਰਿਸਚਨ, ਇੱਕ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਨੇ ਜੀ ਘਰ, ਦੋ ਚਾਰ ਘਰ ਪਿਛਲੇ ਪਏ, ਦੋ ਚਾਰ ਅਗਲੇ ਪਾਸੇ ਨੇ। ਕੁਝ ਡੇਰੇ ਆਏ ਨੇ ਬਾਹਰ, ਡੇਰਾ ਸਾਡਾ ਪਿੰਡ ਨੂਰਪੁਰ ਦਾ ਥੋੜ੍ਹਾ, ਕ੍ਰਿਸਚਨ ਬਾਹਰ ਰਹਿੰਦੇ ਨੇ, ਉਹ ਵੀ ਆਏ ਨੇ। ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ।
ਇਹ ਝਗੜੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ੍ਹ ਗਏ ਨੇ ਅਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਿਹੜੀਆਂ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਵਿੱਚ ਪਈਆਂ ਸੀ, ਇਹਨਾਂ ਉੱਤੋਂ ਇੱਟਾਂ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀਆਂ ਇੱਕ ਦੂਜੇ ਉੱਪਰ, ਜੋ ਕਿ ਸਿੱਖ ਭਾਈਚਾਰੇ ਦਾ ਇੰਨਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ, ਇਹਨਾਂ ਦਾ ਕੋਈ ਲੈਣ ਦੇਣਾ ਕਿਸੇ ਸਿੱਖ ਭਾਈਚਾਰੇ ਦੇ ਨਾਲ, ਕੋਈ ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਇਹਨਾਂ ਦਾ ਆਪਸ ਵਿੱਚ ਇੰਨਾ ਕੀਤਾ ਵਾ। ਤੋ ਅਸੀਂ ਪ੍ਰਸ਼ਾਸਨ ਵੀ ਅਪੀਲ ਕਰਦੇ ਪ੍ਰਸ਼ਾਸਨ ਕਿ ਮਤਲਬ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਜੋ ਅਨਸਰ ਚੜ੍ਹੇ ਨੇ ਉੱਪਰ ਪਿੰਡ ਦਾ, ਇਹਨਾਂ ਦੀ ਕਿਤੇ ਫੁਟੇਜ ਵਗੈਰਾ ਆਈਆਂ ਟੀਵੀ? ਡਿਪਟੀ ਸਾਹਿਬ ਆਏ, ਉਹਨਾਂ ਨੂੰ ਸਭ ਕੁਝ ਦਿਖਾ ਦਿੱਤਾ ਜੀ। ਅਤੇ ਕੀ ਮੰਗ ਕਰਦੇ ਹੋ? ਮੰਗ ਕਰਦੇ ਪ੍ਰਸ਼ਾਸਨ ਨੂੰ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ, ਅੱਗੇ ਤੋਂ ਇਹ ਕੰਮ ਨਾ ਹੋਵੇ। ਪਿੰਡ ਨੋਟਪੁਰ ਵਿੱਚ 1-2-24 ਰਾਤ ਨੂੰ ਕੋਈ 11-12 ਕਰੀਬ ਦੋ ਕ੍ਰਿਸ਼ਨ ਬਰਾਦਰੀ ਦੇ ਆਪਸ 'ਚ ਪਰਿਵਾਰ ਸੀ, ਇਹ ਝਗੜੇ ਸੀ, ਇਹਨਾਂ ਦੇ ਆਪ ਵੱਟੋ ਵੱਟੀ ਹੋਏ ਸੀ। ਉਹਦੇ ਵੀ ਨਾਲ ਇੱਕ ਗੁਰਦੁਆਰਾ ਸਾਹਿਬ ਪੈਂਦਾ, ਉਹਨਾਂ ਗੁਰਦੁਆਰੇ ਦੇ ਨਾਲ ਵੀ ਉਹਨਾਂ ਵੀ ਨਾਲ ਇਨਵੋਲਵ ਕੀਤਾ, ਉਹਦੇ ਵਿੱਚ ਗੁਰਦੁਆਰੇ ਦੇ ਛੱਤ ਚੜ੍ਹੇ ਹੋਰ ਕੀਤਾ। ਗੁਰਦੁਆਰਾ ਦੀ ਕਮੇਟੀ ਵੱਲੋਂ ਹੁਣ ਦਰਖਾਸਤ ਪ੍ਰਾਪਤ ਹੋਈ ਹੈ, ਅਸੀਂ ਬੰਦੀ ਕਾਰਜ ਕਰਾਂਗੇ। ਕੋਈ ਅਰੈਸਟ ਕੋਈ ਹਾਲੇ ਤਾਂ ਅਸੀਂ ਮੌਕੇ 'ਤੇ ਹੈਗੇ ਹਾਂ, ਅਸੀਂ ਮੌਕੇ ਜਾਇਜ਼ਾ ਲੈ ਰਹੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ, ਅਰੈਸਟ ਵੀ ਕਰਾਂਗੇ। ਕਾਰਵਾਈ ਸਰ ਕਿਹੜੀ? ਜੋ ਬੰਦੀ ਕਾਰਜ ਕਰਾਂ ਕਾਨੂੰਨ ਸਾਹਿਬ। ਠੀਕ ਹੈ।